पहला बहुत सीटा बनिया ने लेकिन कोई भी सीट इस तरह का काम नहीं कर सकी कि जेडे साड़ी एको गल सी कि जेडे असर दोषी जिन्हां दे राज विच जिन्हां दे हुक्म दे नाल श्री गुरु ग्रंथ साहब चोरी होए तो उस तो बाद जिन्हें वो निडर हो के उन्होंने गुरु ग्रंथ साहब के अंग अंग किए गलियां खिलारे पोस्टर लाने कि असी तुहाडा गुरु चोरी किया साडे कोल आ ते जे तुहाडे च हिम्मत है तो फड़ लो। जिहड़े इंसाफ मंगण वाले लोग सी उन्हां दे उत्ते सरकार दे हुक्मां दे उत्ते पुलिस वालों तशद्दुद ते जुल्म करना अजे तो बहुत कुछ अजे बाकी होर भी है लेकिन यह है कि सानू हुण आस बज गई कि यह जिहड़ा काम जो होया पूरी संतुष्टि नहीं हुई। फिर देखो अगे चल रहा ना मतलब इस तरह ना कि अज एक केस जिहड़ा कोटकपूरे वाला वो हो गया हुण सानू यह हो गया भी होगा हुण सारा होगा 7000 पेज है वो किन्ने बोरियां बोरियां दे हिसाब नाल जिहड़ा ये लिखा गया तो यह कोई सौखा नहीं हुंदा। सो इस करके अफसर साडे को ता ही मंगदे सी पर असीं इस चीज़ नूं जदों उहनां दे नाल बैठ गए तसल्ली करवाउंदे सी ते मनदे सी भी वाकई ही ठीक है तो अज उह लोकां दे सामने गल आ गई है अज ये सच सामने आया देर आए दुरुस्त आए। भाई शिवराज सिंह होरां ने बहुत दृढ़ता नाल ते दलेराना आके ते शांतमई रह के ये मोर्चा चलाया संगतां दे सहयोग नाल ते अज गुरु ने कृपा की जो कि सानू आस सी। ਤਾਂ ਬੇਅਦਬੀ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵਿੱਚ ਪਹੁੰਚਿਆ ਹੈ ਕਿਉਂਕਿ ਜਿਹੜਾ ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਚਲਾਨ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿੱਚ ਦਿਗਜ਼ ਲੀਡਰਾਂ ਦੇ ਅਤੇ ਦਿਗਜ਼ ਪੁਲਿਸ ਅਫਸਰਾਂ ਦੇ ਨਾਮ ਹੈ ਜਿਹੜੇ ਉਸ ਚਲਾਨ ਦੇ ਵਿੱਚ ਨਾਮਜ਼ਦ ਕਰ ਲਏ ਗਏ ਨੇ। ਤਾਂ ਗੱਲਬਾਤ ਕਰਾਂਗੇ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਹੈ ਕਿਉਂਕਿ ਬੜੀ ਆਵਾਜ਼ ਉਠਾਈ ਹੈ ਹਰ ਸਮੇਂ ਜਦੋਂ ਇੱਥੇ ਇਕੱਠ ਹੁੰਦਾ ਸੀ ਇੱਥੇ ਪਹੁੰਚਦੇ ਸੀ। ਸਿਰਸਾ ਜੀ ਅੱਜ ਫਿਰ ਇੱਥੇ ਪਹੁੰਚ ਗਏ ਹੋ ਕਿਉਂਕਿ ਜਿਹੜੀ ਸੋਚ ਲੈ ਕੇ ਬੈਠੇ ਸੀ ਇੱਥੇ ਹਰ ਵਕਤ ਤੁਸੀਂ ਇੱਥੇ ਪਹੁੰਚਦੇ ਸੀਗੇ ਉਹ ਅੱਜ ਕਿਤੇ ਨਾ ਕਿਤੇ ਸੋਚ ਆ ਜਾਂ ਉਹ ਉਮੀਦ ਹੈ ਉਸ 'ਤੇ ਸਰਕਾਰ ਖਰੀਦਤਰੀ ਦਿਖਾਈ ਦੇ ਰਹੀ ਹੈ। ਦੇਖੋ ਜੀ ਮੈਂ ਬੇਨਤੀ ਕਰਾਂਗਾ ਮੈਂ ਹੁਣ ਜਿਸ ਤਰ੍ਹਾਂ ਇੱਥੇ ਆਇਆ ਅਤੇ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਧੰਨਵਾਦ ਕਰਕੇ ਆਇਆ ਅਤੇ ਨਾਲ ਬੇਨਤੀ ਕਰਾਂਗਾ ਕਿ ਇਹ ਸਾਡੇ ਆਮ ਇੱਕ ਮਤਲਬ ਕਿ ਗੱਲ ਹੈ ਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੇ ਅਸੀਂ ਇਹ ਮਿਸਾਲ ਲੈਂਦੇ ਹਾਂ। ਸੋ ਅੱਜ ਇਹ ਸੱਚ ਸਾਹਮਣੇ ਆਇਆ ਦੇਰ ਆਏ ਦਰੁਸਤ ਆਏ ਬੇਸ਼ੱਕ ਸਾਲ ਦੇ ਕਰੀਬ ਸਮਾਂ ਹੋ ਗਿਆ ਅਤੇ ਇੱਥੇ ਮੋਰਚਾ ਲੱਗੇ ਨੂੰ ਜਿਹੜਾ ਭਾਈ ਸੁਖਰਾਜ ਸਿੰਘ ਹੋਰਾਂ ਨੇ ਬਹੁਤ ਦ੍ਰਿੜਤਾ ਨਾਲ ਅਤੇ ਦਲੇਰਾਨਾ ਆ ਕੇ ਅਤੇ ਸ਼ਾਂਤਮਈ ਰਹਿ ਕੇ ਇਹ ਮੋਰਚਾ ਚਲਾਇਆ ਸੰਗਤਾਂ ਦੇ ਸਹਿਯੋਗ ਨਾਲ ਅਤੇ ਅੱਜ ਗੁਰੂ ਨੇ ਕਿਰਪਾ ਕੀਤੀ ਆ ਜੋ ਕਿ ਸਾਨੂੰ ਆਸ ਸੀ ਪਹਿਲਾਂ ਬਹੁਤ ਸਿੱਟਾਂ ਬਣੀਆਂ ਨੇ ਲੇਕਿਨ ਕੋਈ ਵੀ ਸਿੱਟ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕੀ ਕਿ ਜਿਹੜੇ ਸਾਡੀ ਇੱਕੋ ਗੱਲ ਸੀ ਕਿ ਜਿਹੜੇ ਅਸਰ ਦੋਸ਼ੀ ਨੇ ਜਿਨ੍ਹਾਂ ਦੇ ਰਾਜ ਵਿੱਚ ਜਿਨ੍ਹਾਂ ਦੇ ਹੁਕਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਉਹਨਾਂ ਦਾ ਪੂਰਾ ਉਹਨਾਂ ਨੂੰ ਜਿਹੜੀ ਸਹਿ ਸੀ ਅਤੇ ਉਸ ਤੋਂ ਬਾਅਦ ਜਿੰਨੇ ਉਹ ਨਿਡਰ ਹੋ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਅੰਗ ਕੀਤੇ ਗਲੀਆਂ ਖਿਲਾਰੇ ਪੋਸਟਰ ਲਾਉਣੇ ਕਿ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਸਾਡੇ ਕੋਲ ਆ ਅਤੇ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਫੜ ਲਓ ਫਿਰ ਇਹ ਨਿਰਾਦਰ ਕਰਨੇ ਅਤੇ ਉਸ ਤੋਂ ਬਾਅਦ ਜਿਹੜੇ ਇਨਸਾਫ ਮੰਗਣ ਵਾਲੇ ਲੋਕ ਸੀ ਉਹਨਾਂ ਦੇ ਉੱਤੇ ਸਰਕਾਰ ਦੇ ਹੁਕਮਾਂ ਦੇ ਉੱਤੇ ਪੁਲਿਸ ਵੱਲੋਂ ਤਸ਼ੱਦਦ ਅਤੇ ਜ਼ੁਲਮ ਕਰਨਾ ਪਾਣੀ ਦੀਆਂ ਵਿਛਾੜਾਂ ਮਾਰਨੀਆਂ ਸਭ ਕੁਝ ਕਰਨਾ ਇੱਥੋਂ ਤੱਕ ਵੀ ਇਹ ਤਾਂ ਜਿਹੜਾ ਅੱਜ ਵਾਲਾ ਜਿਹੜਾ ਕੇਸ ਹੈ ਇਹ ਤਾਂ ਕੋਟਕਪੂਰੇ ਵਾਲਾ ਜਿਹੜਾ ਕੇਸ ਸੀ ਉਹ ਹੈ ਅਤੇ ਅਜੇ ਤਾਂ ਬਹੁਤ ਕੁਛ ਅਜੇ ਬਾਕੀ ਹੋਰ ਵੀ ਹੈ ਲੇਕਿਨ ਇਹ ਹੈ ਕਿ ਸਾਨੂੰ ਹੁਣ ਆਸ ਵੱਧ ਗਈ ਕਿ ਇਹ ਜਿਹੜਾ ਕੰਮ ਜੋ ਹੋਇਆ ਇਹ ਪੂਰੀ ਸੰਤੁਸ਼ਟੀ ਨਹੀਂ ਹੋਈ। ਫਿਰ ਦੇਖੋ ਅੱਗੇ ਚੱਲ ਰਿਹਾ ਨਾ ਮਤਲਬ ਇਸ ਤਰ੍ਹਾਂ ਨਾ ਕਿ ਅੱਜ ਇੱਕ ਕੇਸ ਜਿਹੜਾ ਕੋਟਕਪੂਰੇ ਵਾਲਾ ਉਹ ਹੋ ਗਿਆ ਹੁਣ ਸਾਨੂੰ ਇਹ ਹੋ ਗਿਆ ਵੀ ਹੋਵੇਗਾ ਹੁਣ ਸਾਰਾ ਹੋਵੇਗਾ ਕਿਉਂਕਿ ਉਹ ਇਹੀ ਗੱਲ ਕਹਿੰਦੇ ਸੀ ਹੁਣ ਜਿਸ ਤਰ੍ਹਾਂ ਦੇਖੋ ਕਿੰਨੀ ਵੱਡੀ ਜਿਹੜੀ ਆ ਉਹ ਜਿਹੜੀ ਚਲਾਨ ਦੀ ਕਾਪੀ ਜਿਹੜੀ ਤਿਆਰ ਕੀਤੀ ਆ ਉਹ ਕਿੱਡਾ ਵੱਡਾ ਇੱਕ ਕਿਸਮ ਦਾ ਉਹ 7000 ਪੇਜ 7000 ਪੇਜ ਹੈ ਉਹ ਕਿੰਨੇ ਬੋਰਿਆਂ ਬੋਰਿਆਂ ਦੇ ਹਿਸਾਬ ਨਾਲ ਜਿਹੜਾ ਇਹ ਲਿਖਿਆ ਗਿਆ ਅਤੇ ਇਹ ਕੋਈ ਸੌਖਾ ਨਹੀਂ ਹੁੰਦਾ। ਸੋ ਇਸ ਕਰਕੇ ਅਫਸਰ ਸਾਡੇ ਕੋਲ ਤਾਂ ਹੀ ਮੰਗਦੇ ਸੀ ਪਰ ਅਸੀਂ ਇਸ ਚੀਜ਼ ਨੂੰ ਜਦੋਂ ਉਹਨਾਂ ਦੇ ਨਾਲ ਬੈਠ ਗਏ ਤਸੱਲੀ ਕਰਾਉਂਦੇ ਸੀ ਅਤੇ ਮੰਨਦੇ ਸੀ ਵੀ ਵਾਕਈ ਇਹ ਠੀਕ ਹੈ ਅਤੇ ਅੱਜ ਉਹ ਲੋਕਾਂ ਦੇ ਸਾਹਮਣੇ ਗੱਲ ਆ ਗਈ ਆ। ਸੋ ਜੋ ਅਸੀਂ ਚਾਹੁੰਦੇ ਸਾਂ ਉਹ ਹੋਇਆ ਸੋਚਿਆ ਸੀਗਾ ਕਿਉਂਕਿ ਜਿਵੇਂ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਮੋਹਾਲੀ ਦੇ ਵਿੱਚ ਵੀ ਬੜਾ ਲੰਬਾ ਸਮਾਂ ਜਿਹੜਾ ਤੁਹਾਡਾ ਜਿਹੜਾ ਉੱਥੇ ਵੀ ਪ੍ਰੋਟੈਸਟ ਚੱਲਿਆ ਪੰਜਾਬੀ ਲਿਟਰੇਚਰ ਦੇ ਵਿੱਚ ਕੁਝ ਕ੍ਰਿਤੀਆਂ ਸੀ ਉਸ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਥਾਂ ਥਾਂ 'ਤੇ ਜਿਵੇਂ ਹੁਣ ਤੁਸੀਂ ਦਿੱਲੀ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਸਾਥ ਦਿੱਤਾ ਇੱਥੇ ਵੀ ਦਿੱਤਾ
जिते जिते भी तुहाडियां उम्मीदां सीगियां उम्मीदां जिहड़ियां कितने कितने जिहड़ियां वो परमात्मा ने तुहाडियां उम्मीदां पूरियां कीतियां। मैं तुहानूं दस्सना चाहुंदा कि जिहड़ी गल तुसीं एजुकेशन बोर्ड वाली कीती है, मैं अज भी डीसी कोलों रिपोर्ट लैके आया, क्योंकि वह किताबां दुबारा फिर लिखिया जा रही ने दोषियों वालों, तो वह पबलिश भी हो रही ने, तो दुकाना विक भी रही सी। अज फिर ये असी 23 सितंबर जोड़ा पिछले साल के 23 सितंबर लग गई है, उदन हाल बाज़ार अमृतसर धरना दिता से भी आह किताबा जड़िया बैन लग्या से, लंबा समा से संघर्ष करके वह बैन लवाया, दोषियों के परचे कराए, लेकिन किताबा फिर आ रही ने, वो धरना लाया। तो अज वो रिपोर्ट जी मैं डीसी वालों पुलिस कमिश्नर जी लिख के उन्हें भेजी है परचा कराने वास्ते। सो असी जोड़ा ये संघर्ष कर रहे हैं, साड़ी एको एक सोच है कि ये शांतमय रह के असी जो अपने हक ने जो ये तुम्हें क्या भी वो कोई हुई वो तो इतिहास में बिल्कुल ही त्रोड़ मरोड़ के श्री गुरु नानक देव पातशाह के सिख धर्म के बानी ने, ते उन्होंने कहता जी वह तो हिंदू धर्म के प्रचारक ने, असी किसी धर्म के विरुद्ध नहीं है, लेकिन यह गलत नहीं ना हैगी भी श्री गुरु नानक देव पातशाह हिंदू धर्म के प्रचारक दसा जाए। सो अज जो हो ठीक धरना समाप्त तो हो फिर हो जाएगी, देखो ये सारे ना राय करके हूँ सारा ना जो काम से जोड़ा हो गया हूँ अगली जी सारे राय करके मैं कल नहीं तो बैल कह सकता हूँ इतने आए हैं बैठा विचार करा तो साथियों ने जिन्ह ने बहुत व्डा संघर्ष जोड़ा ये लड़ा असी तो इतने आए तो चले गए। असल तो इतने सुखराज सिंह है, बाबा हरदीप सिंह है, वकील साहब ने, तो होर भी खोसा साहब ने, सारे मतलब कि इतने जिन्होंने इतने रात दिन करके करके इतने काम किया। बहुत बहुत धन्यवाद आए सन बलदेव सिरसा, तो बड़िया लड़ाइया लड़िया ने, इस लड़ाई के बड़ी शमूलियत इन्हों की रही है, तो अज फिर इतने पहुंचे है जदों इन्हों जो मानते सी इंसाफ की उम्मीद जागी है, तो हुण कुछ ही समय बाद लगता है कि ये जिहड़ा अपना जाम है दोनों पासे तो जाम से जाम में जोड़ा खोलन की जी कवायत है इस मोर्चे वालों शुरू कर दी है, तो ये थोड़ी देर तक नैशनल हाईवे 54 का दूजा पासा भी जोड़ा चल पवेगा, तो पासे बैरीगार्ड जोड़े सारे पासे कर दते ने दोनों पासों तो, कुछ ही समय तक जोड़ा पिछों जड़िया इस रास्ते उत्तों की जड़िया गड्डियां वहीकल जोड़े बठिंडे तो श्री अमृतसर साहब में जाना जिन्होंने हुण इस रास्ते जाणगे, पहला तुसीं देख सकते हो दूजे रास्ते आ रहे हैं, वो रास्ता जिहड़ा सामने है वो श्री अमृतसर साहब तो बठिंडे नूं जांदा है, तो उस रास्ते जिहड़ा उन्हां नूं आउणा पै रिहा सामने तुसीं देख सकते हो कट तो दूजे पासे जा रहे हैं, तो कुछ ही समय तक जिहड़ा इस रास्ते नूं जिहड़ा चालू कर दिता जाएगा, इस रास्ते उत्तों जिहड़ियां सारियां गड्डियां जिहड़ियां लंघणगियां जिहड़ियां बठिंडे वाली साइड तो आ रही हैं श्री अमृतसर साहब नूं जाना है फरीदकोट नूं जाना है जां होर किसे पासे जाना है मुक्तसर नूं जाना है, तो उन्हां वास्ते भी जिहड़ा बहुत वड्डी राहत जिहड़ी इत्थे दिखती है जिहड़ी मिलदी उन्हां नूं दिखाई देवेगी कुछ ही समय तक, क्योंकि उन्होंने बैरीगेड जिहड़े हटा दिते ने, तो यह रास्ता जिहड़ा चालू हो जाएगा। तो अज तुहानूं दस दईए कि जिहड़ा कोटकपुरा गोलीकांड मामले नूं लैके चलान पेश होया, चलान दे विच काफ़ी जिहड़े लीडरां दे ते पुलिस अधिकारियों के नाम आए ने, तो जिहड़ी ये सोच रखते सी जिहड़ा ये चाहते सीगे सानू इंसाफ अजे तक नहीं मिलिया, इन्हां दा यही कहना हुंदा सीगा कि जिन्हां ने गोली चलाउण दे आर्डर दित्ते है जिन्हां ने कहा तो उन्हां दे नाम आने चाहिए, तो अज जदों उन्हां दे नाम आउंदे आ तां इस मोर्चे दे विच काफ़ी खुशी दिखाई दे रही है, देख सकते हो तस्वीरां राहीं दूजा रास्ता भी जिहड़ा इन्हां वल्लों खोल दिता गया है, तो सामने बठिंडे तो श्री अमृतसर साहब नूं जिहड़ियां गड्डियां चलनियां शुरू हो गईयां ने, पुलिस दे जिहड़े तमाम मुलाजम इत्थे मौजूद है, पुलिस दे मुलाजमां ने खुद जिहड़ा उन्हां दे नाल जिहड़ा उह धरने नूं जिहड़ा जाम सीगा बैरीगेड पासे कर दित्ते है, तो ये चालू कर दिता, तो दोनों रास्ते वड्डी खबर है जिहड़ी राहगीर वास्ते जिन्हां ने श्री अमृतसर साहब तो बठिंडे नूं जाना है बठिंडे तो श्री अमृतसर साहब जाना है, तो उन्होंने वास्ते वड्डी राहत है कि दोवें रास्ते जिहड़े खोल दिते गए हैं हुण कोई दिक्कत नहीं आएगी। बहबल कलां इंसाफ मोर्चे का वड्डा फैसला जिहड़ा पहलां उन्होंने अज लै लिया, तो उस फैसले दे विच उन्होंने जिहड़े दोनों रास्ते खोलते एक रास्ता चलता सी दूजा रास्ता भी खोलता, तो हुण संगतां दे नाल गलबात करके इन्हां दा कहना है कि हो सकता है अज जां कल तक 2-4 दिन तक जिहड़ा ये मोर्चे की भी जिहड़ी समाप्ति हो जाए, क्योंकि 14 महीने 15 दिन लगातार ये मोर्चा चलिया पिछली कांग्रेस सरकार दौरान शुरुआत हुई सी, ते आम आदमी की पार्टी की सरकार दौरान इस मोर्चे की आने वाले दिनों दे विच समाप्ति हो सकती है। गुरजीत सिंह रमाणा D5 चैनल पंजाबी बैबल कला फरीदकोट। निडर हां निरपक्ष रहांगे आजाद हां सच कहांगे गल करांगे सियासी हवा दी
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।